ओहदे मैं एक न जानिया, मैं मूर्ख किस दी प्रणवत नानक सुन मेरे साहेबा डुबदा पत्थरली जै तेरे कमन कमन गुन कह कह गावा तेरे कमन कमन गुन कह कह गावा तू साहेब गुनी निधाना तुमरी महिमा वर्ण न सको तू ठाकुर ऊंच भगवाना कृपा करो दिन के दाते मेरा गुण अब गुण ना मेरा गुण अब गुण ना विचारो कोई माटी का क्या थो पे स्वामी मानस की गत मेरे साहेब तू मैं मान निमानी अरदास करी प्रभ अपने आगे सुन सुन जीवा तेरी बाणी धन गुरु नानक धन गुरु नानक महापुरख चाणचक गणकावाड़े आई खलोता महापुरख का संग पया कबीर जो जैसी संगत मिले सो तैसो फल खाए एक हवा बदलों नू उड़ा के ले जाती है मीह नहीं पैण देती एक हवा बदलों नू लेके आती है गज के मोले तार मीह पैंदा है दोवें हवा ही है एक खाना देह नू अरोग करता है एक खाना देह नू रोगी करके रख देता है बंदा बच नहीं सकता खाने तो काम बिगड़िया एक देह नू सही करता है
ਇੱਕ ਸੰਗਤ ਗੁਰੂ ਨਾਲ ਜੋੜਦੀ ਏ, ਇੱਕ ਸੰਗਤ ਤੋੜਦੀ ਏ। ਜਿਵੇਂ ਇੱਕ ਹਵਾ ਬੱਦਲਾਂ ਨੂੰ ਲੈ ਕੇ ਆਉਂਦੀ ਤੇ ਪੈਂਦਾ ਮੀਂਹ ਤੇ ਭੁੱਖਾਂ ਮਿਟ ਜਾਂਦੀਆਂ, ਇੱਕ ਹਵਾ ਉਡਾ ਕੇ ਲੈ ਜਾਂਦੀ ਮੀਂਹ ਪੈਣ ਹੀ ਨਹੀਂ ਦਿੰਦੀ। ਕੁਰਬਾਨ ਜਾਈਏ ਜਿਨ੍ਹਾਂ ਦੀ ਸੰਗਤ ਸਾਨੂੰ ਉਤਾਰਦੀ ਹੈ। ਸ਼ਹਿਰਾਂ ਵਿੱਚ ਬੜੇ ਮਿਸ਼ਨਰੀ ਵਾਲੇ ਬੜੇ ਦੂਜੀ ਮੱਤ ਵਾਲੇ ਪ੍ਰਚਾਰਕ ਆਉਂਦੇ ਆ, ਉਹਨਾਂ ਨੇ ਆਪਣੀਆਂ ਰੋਟੀਆਂ ਸੇਕਣੀਆਂ ਹੁੰਦੀਆਂ, ਉਹ ਮਹਾਂਪੁਰਸ਼ਾਂ ਨਾਲੋਂ ਤੋੜਦੇ ਆ। ਮੈਂ ਭਾਈ ਗੁਰਦੀਪ ਸਿੰਘ ਨੂੰ ਬੈਠਿਆ ਦੇਖਦਾ ਸੰਗਤ ਵਿੱਚ ਹਾਜ਼ਰੀਆਂ ਭਰਦੇ ਆ ਆਉਂਦੇ ਆ, ਇਹਨਾਂ ਦੇ ਨਾਲ ਦੇ ਬੜੇ ਜਥੇ ਆ ਜਿਹਨਾਂ ਨੂੰ ਤਕਲੀਫ ਹੁੰਦੀ ਨਾਨਕ ਸਾਹਿਬ ਦੇ ਨਾਮ ਤੋਂ ਸਤਸੰਗਤ ਤੋਂ। ਮੈਂ ਕਿਹਾ ਕੁਰਬਾਨ ਜਾਈਏ ਮਹਾਂਪੁਰਸ਼ ਬਾਬਾ ਹਰਨਾਮ ਸਿੰਘ ਜੀ ਜੀਰੇ ਵਾਲੇ, ਉਹ ਇਹਨਾਂ ਦੀ ਕਥਾ ਕਰਦੇ ਹੁੰਦੇ ਸੀ, ਨਾਨਕ ਸਰ ਬਾਬਾ ਆਨੰਦ ਸਿੰਘ ਦੀਆਂ ਸੁਣਾਉਂਦੇ ਸੀ। ਬੜੇ ਇਹਨਾਂ ਦੇ ਭਰਾ ਵੀਰ ਸੰਗੀ ਸਾਥੀ ਜਿਹੜੇ ਬਸ ਕੋਈ ਪ੍ਰਬੰਧਕ ਗੋਲਕਾਂ ਦਾ ਚੌਧਰਾਂ ਦਾ ਭੁੱਖਾ ਹੈ, ਕੋਈ ਸੁਸਾਇਟੀਆਂ ਵਡਿਆਈਆਂ ਬਣਾ ਕੇ ਸੋਭਾ ਕੇ ਮੇਰੀ ਸੁਸਾਇਟੀ ਹਉਮੇ ਵਿੱਚ ਨੇ, ਉਹ ਮਹਾਂਪੁਰਸ਼ ਬੜੇ ਰੱਬ ਦੇ ਪਿਆਰੇ ਸੀ, ਬੜੇ ਕੌੜੇ ਤੇ ਬੜੇ ਜੰਦਰ ਜਗਰਾਓ ਜਲਾਲਾਬਾਦ ਫਾਜ਼ਿਲਕਾ ਬੋਰ ਸਰਸਾ ਬੜੇ ਬੜੇ ਦਿਨ ਕਥਾ ਕਰਦੇ ਸੀ। ਬਾਬਾ ਆਨੰਦ ਸਿੰਘ ਜੀ ਮਹਾਰਾਜ ਨੂੰ ਅੰਗ ਸੰਗ ਸਮਝਦੇ ਸੀ, ਸਾਰੀ ਉਮਰ ਰਮਤੇ ਹੀ ਰਹੇ। ਤੇ ਦੇਖ ਲਓ ਇਹਨਾਂ ਨੂੰ ਧੁਰ ਨਾਨਕ ਸਰ ਨਾਲ ਜੋੜ ਕੇ, ਪਹਿਲੋਂ ਆਣ ਆਣ ਉਹਨਾਂ ਨੇ ਸਾਡੇ ਹੁਣ ਸਕੂਲਾਂ ਨੂੰ ਸੰਭਾਲਦਾ ਗੁਰਮੁਖ ਪਿਆਰਾ ਬਬਲੂ, ਉਹਨਾਂ ਦੇ ਘਰੇ ਮਹਾਂਪੁਰਸ਼ ਆਣ ਕੇ ਕਈ ਕਈ ਦਿਨ ਰਹਿੰਦੇ ਸੀ ਜਲਾਲਾਬਾਦ। ਉਹ ਸਾਰੇ ਸਕੂਲਾਂ ਦੀ ਜ਼ਿੰਮੇਵਾਰੀ ਉਸ ਗੁਰਮੁਖ ਪਿਆਰੇ ਦੇ ਸਿਰੇ, ਇਹ ਸੰਗਤ ਤਾਰਦੀ ਹੈ। ਅੱਜ ਤੁਸੀਂ ਆਉਂਦੇ ਜੇ ਸੰਗਤ ਚ ਦੀਵਾਨ ਲੱਗਦੇ ਆ, ਇਹ ਜਿਹੜੀ ਬੂਟੀ ਘੋਲ ਕੇ ਪੀਤੀ ਗਈ ਇਹ ਤੁਹਾਡੇ ਅੰਦਰੋਂ ਨਿਕਲ ਨਹੀਂ ਸਕਦੀ। ਇਹ ਤਸਵੀਰ ਨਾਨਕ ਸਰ ਦੀ, ਸਤਸੰਗਤ ਦੀ, ਬਾਬਾ ਆਨੰਦ ਸਿੰਘ ਜੀ ਦੀਆਂ ਸਾਖੀਆਂ ਪੁੱਛੋ ਵਾਲਿਆਂ ਦੀਆਂ, ਇਹ ਸਾਡੇ ਰੋਮ ਰੋਮ ਚ ਵੱਸ ਗਈਆਂ, ਸਾਨੂੰ ਗਿਆਨ ਮਿਲ ਗਿਆ। ਕਲਯੁਗ ਦਾ ਕੰਮ ਇਹ ਤੋੜਨਾ ਤੇ ਗੁਰੂਆਂ ਦਾ ਕੰਮ ਇਹ ਜੋੜਨਾ। ਕਿਸਮਤ ਤਾਂ ਸੌਂਦੀ ਜਾਂਦੀ, ਸਤਿਗੁਰ ਜਗਾਈ ਜਾਂਦੀ। ਸਤਿਗੁਰ ਗੁਰੂ ਨਾਨਕ ਪਿਆਰਾ ਬਖਸ਼ਿਸ਼, ਇਹ ਬਖਸ਼ਿਸ਼। ਚਾਹੇ ਬਾਬਾ ਹਰਨਾਮ ਸਿੰਘ ਜੀ ਮਹਾਂਪੁਰਖ ਸੀ, ਚਾਹੇ ਹੋਰ ਗੁਣੀ ਗਿਆਨੀ ਪ੍ਰਚਾਰਕ ਸੀ, ਬਾਬਾ ਜੀ ਦੀ ਸੰਗਤ ਕਰਕੇ ਜਿਨ੍ਹਾਂ ਦਾ ਹਿਰਦਾ ਭਿੱਜਿਆ ਹੁੰਦਾ, ਤੋੜਦੇ ਪਤਾ ਕਿਵੇਂ ਆ ਕਿ ਤੂੰ ਸਾਧਾਂ ਨੂੰ ਮੰਨਦਾ ਛੱਡ, ਸਿੱਧਾ ਗੁਰੂ ਸਾਹਿਬ ਨੂੰ ਮੰਨਿਆ ਕਰ, ਗੁਰੂ ਸਾਹਿਬ ਤੋਂ ਲੈ ਬਾਣੀ ਨੂੰ ਮੰਨ, ਅੰਮ੍ਰਿਤਸਰ ਜਾ, ਹਜ਼ੂਰ ਸਾਹਿਬ ਜਾ, ਇੱਥੇ ਕੀ ਜਾਣਾ, ਇਹ ਤਾਂ ਡੇਰੇ ਨੇ। ਐਵੇਂ ਜਿਹੀਆਂ ਇਹੋ ਜਿਹੀਆਂ ਗੱਲਾਂ ਕਰ ਕਰਕੇ ਵੀ ਇਹਨਾਂ ਦਾ ਇਹਨਾਂ ਦੀ ਤਾਂ ਆਪਣੀ ਮਰਜ਼ਾਦਾ, ਇਹਨਾਂ ਦੇ ਆੜ ਹੀ ਬਣਦਾ, ਇਹਨਾਂ ਦੇ ਆੜ ਹੀ ਹੁੰਦਾ,
ਕਮੀਆਂ ਦੇਖਦੇ ਤੇ ਕਰਦੇ ਸਿਰਫ ਕਿ ਜੇ ਇਹ ਮਹਾਂਪੁਰਸ਼ਾਂ ਨਾਲ ਜੁੜ ਗਏ ਤੇ ਅਸੀਂ ਕਿਵੇਂ ਲੁੱਟਾਂਗੇ। ਉਹ ਲੁੱਟਣਾ ਉਹਨਾਂ ਨੇ। ਇੱਕ ਗੁਰਮੁਖ ਪਿਆਰਾ ਬੜਾ ਸ਼ਰਧਾਲੂ ਸੀ, ਸਕੂਲ ਬਣਾਇਆ ਸੀ ਸਮਾਨ ਖੇੜਾ, ਉਹਨੇ ਕਿਹਾ ਵੀ ਮੰਮੀ ਜ਼ਮੀਨ ਦੇਣੀ ਹੈ ਮੇਰੇ ਪਿੰਡ ਵੀ ਬਣਾਓ। ਉਹਦੀ ਮਾਂ ਨੂੰ ਉਹਨੂੰ ਦੋਨਾਂ ਨੂੰ ਬਹੁਤ ਪ੍ਰੇਮ, ਭਾਈਆਂ ਨੂੰ ਨਹੀਂ ਸੀ। ਉਹ ਨਾ ਉਹ ਦੂਜੇ ਪਾਸੇ ਹੋਰ ਮਤ ਦੇ ਖਿਆਲ ਦੇ ਸੀ। ਇਹ ਦਵਾਈ ਤੁਸੀਂ ਸਮਝਦੇ ਹੋ ਨਾ, ਐਲੋਪੈਥੀ ਹੈ ਨਾ, ਇਹ ਸਾਰਿਆਂ ਨੂੰ ਮਾਫ ਕੇ ਕਈਆਂ ਨੂੰ ਰੈਕਸ਼ਨ ਨਹੀਂ ਕਰਦੀ, ਕਈਆਂ ਨੂੰ ਆ ਪਾਠ ਪੂਜਾ ਭਗਤੀ ਨੇ ਰੈਕਸ਼ਨ ਕੀਤਾ ਹੋਇਆ, ਉਹ ਫਿੱਟੇ ਪਏ ਨੇ, ਫੁੱਟੇ ਹੋਏ ਆ, ਸਰੀਰ ਫੁੱਟ ਗਏ ਉਹਨਾਂ ਦੇ, ਉਹ ਟੁੱਟ ਗਏ ਮਹਾਂਪੁਰਸ਼ਾਂ ਗੁਰੂਆਂ ਪੀਰਾਂ ਨਾਲੋਂ। ਅਸੀਂ ਵੀ ਬੜੀਆਂ ਉਡਾਰੀਆਂ ਮਾਰਦੇ ਹੁੰਦੇ ਸੀ ਵੀ ਬਾਬਾ ਕੁੰਦਨ ਸਿੰਘ ਤੋਂ ਅਸੀਂ ਕਿਤੇ ਸ਼ਹਿਰ ਗਾਂਹ ਲੰਘ ਜਾਈਏ, ਛਾਲਾਂ ਮਾਰਨੀਆਂ ਵੀ ਭਗਤੀ ਕਰਕੇ ਬਾਬਾ ਜੀ ਦੇ ਇੱਥੇ ਖੜੇ ਹਾਂ ਜੀ ਤੇ ਅਸੀਂ ਇਸ ਤੋਂ ਗਾਂਹ ਲੰਘੀਏ। ਬੜੇ ਛੜਪੇ ਛੁੜਪੇ ਮਾਰੇ, ਬੜੇ ਗਿਆਨ ਧਿਆਨ ਢੂੰਡੇ, ਬੜੀਆਂ ਖੋਜਾਂ ਕੀਤੀਆਂ ਤੇ ਬਾਬਾ ਜੀ ਕਹਿੰਦੇ ਮੇਰੇ ਵੱਲ ਵੇਖ ਕੇ ਕਹਿੰਦੇ ਵੀ ਪੱਥਰ ਝੱਟ ਕੇ ਮੁੜੇ ਆ, ਮੁੰਦਰ ਚ ਵੀ ਮੈਂ ਸਾਰਾ ਪਾਰਾ ਵਾਰ ਦੰਤ ਪਾਲਾਂਗੀ ਤੇ ਖੀਰੀ ਪੱਥਰ ਹੀ ਇਹ ਝੱਟ ਕੇ ਮੁੜਾਉਂਦੀ ਵੀ ਇਹ ਤਾਂ ਬਸ। ਕਹਿੰਦੇ ਨਾ ਲੈ ਕੇ ਮੇਰਾ, ਕਹਿੰਦੇ ਵੀ ਪੱਥਰ ਝੱਟ ਕੇ ਮੁੜੇ। ਬੜੀਆਂ ਅਸੀਂ ਉਡਾਰੀਆਂ, ਬੜੀਆਂ ਤਾਂ ਠਾਂ ਲਾਉਣੀਆਂ, ਬੜੀਆਂ ਕਹਿਣਾ ਕਿ ਅਸੀਂ ਬਾਬਾ ਕੁੰਦਨ ਸਿੰਘ ਤੋਂ ਵੀ ਉੱਤੇ ਹੋ ਜਾਵੇ, ਪਰ ਅਖੀਰ ਤੇ ਥਾਂ ਗੁਰੂ ਦੇ ਚਰਨਾਂ ਚ ਹੀ ਮਹਾਂਪੁਰਖਾਂ ਦੇ ਮਿਲਦਾ, ਉੱਥੇ ਆਣ ਕੇ ਬਹਿਣਾ ਪੈਂਦਾ। ਲੋਕਾਂ ਦੀ ਮਾੜੀ ਮੱਤ ਤੋਂ ਡਰੋ, ਬੜਾ ਕੁਝ ਸਿਖਾਉਣਗੇ। ਭਗਤ ਪ੍ਰਹਿਲਾਦ ਤੇ ਹਰਨਾਕਸ਼ ਨੇ ਬੜੇ ਜ਼ੁਲਮ ਕੀਤੇ, ਬੜੇ ਜ਼ੁਲਮ ਢਾਏ। ਪ੍ਰਹਿਲਾਦ ਅਡੋਲ ਰਿਹਾ ਘਰ ਹਰਨਾਕਸ਼ ਦੈਂਤ ਦੇ ਪੜੇ ਹੋਏ, ਪਿਓ ਦੈਂਤ ਪੁੱਤਰ ਭਗਤ। ਕਹਿੰਦੇ ਇਹ ਕੱਲਰ ਵਿੱਚ ਕਵਲ ਫੁੱਲ, ਤੁਹਾਨੂੰ ਪਤਾ ਨਾ ਕਵਲ ਫੁੱਲ ਚਿੱਕੜ ਚ ਹੁੰਦਾ, ਪਾਣੀ ਚ, ਪਾਣੀ ਤੋਂ ਬਗੈਰ ਨਹੀਂ ਹੁੰਦਾ। ਕਹਿੰਦੇ ਭਗਤ ਜੀ ਸਨ ਪ੍ਰਹਿਲਾਦ ਜੀ ਜਿਹੜੇ ਕੱਲਰ ਵਿੱਚ ਕਵਲ ਫੁੱਲ, ਭਾਈ ਗੁਰਦਾਸ ਜੀ ਕਹਿੰਦੇ ਬੜੇ ਗਿਆਨੀ ਨੇ, ਬੜੇ ਵਿਦਵਾਨ ਨੇ ਭਾਈ ਸਾਹਿਬ। ਭਾਈ ਸਾਹਿਬ ਨੂੰ ਵੀ ਹਵਾ ਲੱਗ ਗਈ ਸੀ ਤੇ ਗੁਰੂ ਸਾਹਿਬ ਨੂੰ ਛੱਡ ਕੇ ਇੱਧਰ ਕਾਂਸੀ ਤੇ ਬੜਾ ਕੁਝ ਇਹਨਾਂ ਨੇ ਬੜਾ ਕੁਝ ਕੀਤਾ ਤੇ ਜਦੋਂ ਦੇਖਿਆ ਨਾ ਵੀ ਇਹਦਾ ਗਿਆਨ ਧਿਆਨ ਹੀ ਇਹ ਖਾਲੀ ਫੋਕੇ ਲਿਫਾਫੇ ਹੀ ਇਹ ਗੁਰੂ ਹੀ ਇਹ ਗੁਰੂ ਸਾਡਾ ਚੰਦ ਵਰਗਾ ਸਾਰੇ ਸਿੱਖ ਨੇ ਚਕੋਰਾ ਵਰਗੇ ਵੀ ਗੁਰੂ ਹੀ ਚਾਹੁੰਦੇ ਸਿੱਖ ਚਕੋਰ। ਬੜਾ ਕੁਝ ਇਹ ਭਾਈ ਗੁਰਦਾਸ ਨੇ ਬੜਾ ਕੁਝ ਕੀਤਾ, ਬੜੀਆਂ ਉਡਾਰੀਆਂ ਮਾਰੀਆਂ, ਬੜੇ ਦਾਅਵੇ ਬਣੇ ਵੀ ਅਸੀਂ ਸਿੱਖ ਬਣ ਗਏ ਹਾਂ ਚੋਟੀ ਦੇ। ਗੁਰੂ ਜਿੰਨਾ ਮਰਜ਼ੀ ਜ਼ੋਰ ਲਾ ਲਏ, ਅਸੀਂ ਨਹੀਂ ਕਹਿੰਦੇ ਗੁਰੂ ਡਰਾ ਦਿੰਦੇ ਆ, ਗੁਰੂ ਪਰਖਦੇ ਆ, ਸਿੱਖ ਹਾਰ ਜਾਂਦੇ ਆ। ਅਸੀਂ ਪੱਕੇ ਸਿੱਖ ਹਾਂ, ਸਿਦਕੋ ਨਹੀਂ ਹਾਰ ਸਕਦੇ। ਇਹ ਤਾਂ ਪਤਾ ਨਹੀਂ ਸੀ ਸ਼ਕਤੀ ਗੁਰੂ ਸਾਹਿਬ ਦੀ ਇਹ ਜਿਹੜੀ ਸਾਡੇ ਅੰਦਰ ਏ, ਮਹਾਰਾਜ ਨੂੰ ਖਿੱਚ ਲਈ ਸਿਦਕ, ਫਿਰ ਕਿੱਥੇ ਗਿਆਨ ਧਿਆਨ ਕਿਸ ਸੂਝੇ ਨਾ ਹੀ ਚਤੁਰ ਕਹਾਵੇ ਪਾਂਡੇ।
महाराज ने बल खिंच लिया। फोक फोक दिमाग जा जाता फोक। महापुरशा को सेवा करते रहे, बीत दिया रही होंदिया रही बथेरा कुछ करते रहे असी, पर ढूंढ ढूंढ के कहने मैं खोज खोज के देख लिया कि गुरु तो बगैर नहीं छुटकारा, महापुरखा तो बगैर नहीं छुटकारा। खोज के जतन ला के तोड़ के गांव हो मुड़े हैं कि शायद साडा किसी गुरु नु हाथ पै ही जावे, रब नु हाथ पै जे, गुरु नानक नु पै जे, निरंकार नु असी हाथ पा लिए। असी की समझते बाबे कुंदन सिंह, ते जदों वेख्या भी निरंकार किथे आ, गुरु नानक कितने आ, कहते थोड़े महापुरशा जी आखो से रब थोड़े रब कितने आ, कहते रब महापुरखा में उनका रूप लखना चाहे उनको इन्हीं में लख दे। निरंकार की आरसी संतन की है देर, ये तो काल पुरख वेखना ना आरसी शीशे दे विच, ओ महापुरशां दी दे आसीसा। जे तू रब नू वेखना ही ते इन्हां विचों ही वेखना, लखना चाहे उनको इन्हीं में लख ले। बस जी, गुरु ग्रंथ साहिब नू गुरु तार लिया, पंज प्यारियां तो गुरमंत्र मिल गया, किसे साध संत की की लोड़ी, एवें साधा संतां नूं पूजदे फिरदे हो, एवें मगर तुरे फिरदे हो, ये अपने वर्गे तां हैगे ने। गुरु गोबिंद सिंह ने किहड़ा पंथ चलाया, भुल्ले फिरदे हो। कहिंदे जी असीं सिख तां गुरु ग्रंथ साहिब दे आ, गुरु ग्रंथ साहिब नूं मन्नदे आ, पर जदों उन्हां नूं मत्था टेकदे आ ते मूंह ते चपेड़ मारदे आ कि संतां की होए दस रही, इह अचारा सिख रही कोई सिखड़ा भाई महापुरशां कोलो। बाबा आनंद सिंह जी ने भी, बाबा फरीद ने 36 साल लाड़े सी, ते बाबा आनंद सिंह जी नूं किन्ने लग साल लग गए सी। सोलह विच जाके प्राप्ति हुई, किन्ने साल बन गए, 43 च बाबा जी की उम्र 70 साल की सी। कदों का जन्म है बाबा आनंद सिंह? 1876 का, 70 1870 आए, 30 साल 33 साल 34 साल बाद मिले बाबा महनाम सिंह जी। 12 साल फिर घर ना कराई, 34 दे 12 किन्ने हो गई, 46 साल बाद सारी जवानी लंघ गई। 46 साल की जो उम्र सी ना, बाबा आनंद सिंह जी दे कोल गए, अगे फाटक जा लगा सी वास दा, उत्थे खड़दे सी। बाबा जी पुछदे सी, कौन है नंदू ए? हां जी जी, लै टुकड़ा लै ते जा बंदगी कर, टुकड़ा देना रोटी दा पूरी दे देनी, अद्धी दे देनी, तोड़ देना। 12 साल बाद कहते भी ये तो कोई लड़ पला फड़ा नहीं, पूरे तार नाल भी अज तो सीधे ही बचना। कोल इन्हां दे सब कुछ, एक मिनट च कंजरियां नूं रब मिला देना,
ਅਮਲੀਆਂ ਨੂੰ ਬਣਾ ਦੇਣ, ਜੂਏ ਵਾਲਿਆਂ ਨੂੰ ਇੱਕ ਮਿੰਟ ਚ ਜੋਗੀ ਬਣਾ ਦੇਣ। ਤੇ 12 ਸਾਲ ਹੋ ਗਏ, ਵੰਜ ਜਿਹਾ ਪਾਸੇ ਸਿੱਟਿਆ ਤੇ ਸਿੱਧੇ। ਬਾਬਾ ਜੀ ਕਹਿੰਦੇ ਅੱਜ ਤਗੜੇ ਹੋ ਜਾਓ, ਵੀ ਡਾਢਾ ਸਾਧ ਆ ਰਿਹਾ, ਡਾਢਾ ਸਾਧ ਆ ਰਿਹਾ। ਵੰਜ ਜਿਹਾ ਪਾਸੇ ਸਿੱਟਿਆ ਸਿੱਧੇ ਬਾਬਾ ਜੀ, ਕੌਣ ਏ? ਬਾਬਾ ਜੀ ਨੇ ਨਾਂ ਆਪਣਾ ਦੱਸਿਆ, ਕਿੱਥੋਂ ਆਇਆ? ਟੱਠੇ ਖੂਹ ਚ। ਜਾਣਾ ਕਿੱਥੇ? ਕਿਸੇ ਖੂਹ ਖਾਤੇ ਜੀ ਡਿੱਗਾਂਗਾ। ਬੜਾ ਅੱਜ ਕੌੜਾ ਬੋਲਦਾ, ਬੜਾ ਕਹਿੰਦਾ ਬੋਲਣ ਤੇ ਕੀ ਕਰਾਂ, 12 ਸਾਲ ਹੋ ਗਏ ਤੁਹਾਡੇ ਪਿੱਛੇ ਲੱਗੇ, ਕੋਈ ਲੜ ਪੱਲਾ ਫੜਾਇਆ? ਕਹਿੰਦੇ ਬਾਲਾ ਕਾਲਾ ਤੇ ਖੂਸ਼ ਮਾਰਦੇ ਸ਼ਾਹ। ਬਾਬਾ ਜੀ ਕਹਿੰਦੇ ਨਹੀਂ ਅਸੀਂ ਕੋਈ ਦਿੰਦੇ, ਕੀ ਕਰੇਗਾ? ਕਹਿੰਦਾ ਜੀ ਮੈਂ ਕਰਾਂਗਾ ਹੀ ਕੁਛ, ਜੋ ਕਰ ਸਕਦਾ ਮੈਂ ਕਰਾਂਗਾ, ਜੋ ਮੇਰੇ ਵੱਸ ਕੀ ਕਰੇਗਾ, ਜੋ ਕਰ ਸਕਦਾ ਮੈਂ ਕਰਾਂਗਾ, ਅੱਜ ਮੈਂ ਲੈ ਕੇ ਜਾਵਾਂਗਾ, ਨਹੀਂ ਤਾਂ ਮਰਾਂਗਾ। ਕਹਿੰਦੇ ਕਾਲਾ ਤੇ ਖੂਹ ਛਾਲ ਮਾਰਦੇ, ਉਹ ਦੇਵੀ ਦੁਆਰੇ ਵਾਲੀ ਖੂਹ ਏ ਡੇਰੇ ਦੇ ਕੋਲ, ਉਧਰ ਨੂੰ ਤੁਰ ਚੱਲ ਪਏ। ਬਾਬੇ ਕਹਿੰਦੇ ਫੜ ਲਓ ਇਹਨੇ, ਮਾਰ ਹੀ ਦੇਣੀ ਛਾਲ। ਕਹਿੰਦੇ ਕੀ ਚਾਹੁੰਦਾ? ਕਹਿੰਦੇ ਕਿਰਪਾ ਕਰੋ, ਅੱਜ ਤੋਂ ਦਰਗਾਹ ਦੀ ਸਾਂਝ ਪਾਓ। ਕਹਿੰਦੇ ਫਿਰ ਰਾਤ ਨੂੰ 12 ਵਜੇ ਆ ਗਿਆ, ਸਾਰੀਆਂ ਸਭਾ ਦੇਵਤਿਆਂ ਦੀਆਂ ਬਣਾ ਲਈਆਂ, ਬ੍ਰਹਮਾ ਵਿਸ਼ਨੂੰ ਸ਼ਿਵਜੀ ਰਿਸ਼ੀ ਮੁਨੀ 33 ਕਰੋੜ ਦੇਵਤਾ, ਇੰਦਰ ਕੁਮੇਰ ਲਛਮੀ ਸਾਰੇ ਆ ਗਏ, ਚਿੱਟੇ ਬਸਤਰ ਪਾ ਕੇ। ਬਾਬਾ ਜੀ ਕਹਿੰਦੇ ਦੇਵਤਿਆਂ ਦੇ ਬਸਤਰ ਚਿੱਟੇ ਹੁੰਦੇ, ਸਾਰਿਆਂ ਨੇ ਚਿੱਟੇ ਬਸਤਰ ਪਾਏ, ਜਿਹੋ ਜਿਹੇ ਸ਼ਿਵਜੀ ਸ਼ਿਵਜੀ ਇਹਨਾਂ ਬਣਾਏ ਹੋਏ ਹਨ, ਉਹੋ ਜਿਹੇ ਸ਼ਿਵਜੀ ਭਗਵਾਨ ਨੀ, ਉਹਨਾਂ ਦਾ ਰੂਪ ਹੋ ਰਿਹਾ, ਰਾਮ ਚੰਦਰ ਜੀ ਦਾ ਰੂਪ ਹੋ ਰਿਹਾ, ਭਗਵਾਨ ਕ੍ਰਿਸ਼ਨ ਦਾ ਰੂਪ ਹੋ ਰਿਹਾ। ਇਹ ਤਾਂ ਮਨੋ ਕਲਪਨਾ ਦੇ ਨਾਲ ਹੀ ਇਹਨਾਂ ਨੇ ਮੂਰਤੀਆਂ ਘੜੀਆਂ ਹੋਈਆਂ, ਖਿਆਲ ਨਾਲ ਕਿ ਇਹੋ ਜਿਹਾ ਬ੍ਰਹਮਾ, ਇਹੋ ਜਿਹਾ ਵਿਸ਼ਨੂੰ, ਇਹੋ ਜਿਹਾ ਸ਼ਿਵਜੀ, ਇਹਦੇ ਦਾੜੀ ਹੈਗੀ, ਇਹਦੇ ਨਹੀਂ ਹੈਗੀ, ਇਹੋ ਜਿਹਾ ਆ ਦੇਵੀ, ਇਹੋ ਜਿਹੀ ਦੁਰਗਾ ਦੇ ਕਈ ਰੂਪ ਬਣਾ ਛੱਡੇ। ਦੁਰਗਾ ਵੀ ਨਿਰੰਕਾਰ ਦੀ ਕਾਲ ਪੁਰਖ ਦੀ ਸ਼ਕਤੀ ਹੈ, ਮਹਾਂ ਸ਼ਕਤੀ ਹੈ, ਮਹਾਂਸ਼ਕਤੀ, ਜਿਹਨੇ ਦੈਂਤਾਂ ਦਾ ਨਾਸ ਕੀਤਾ ਸੀ। ਚੰਡੀ ਕਾਲਕਾ ਦੁਰਗਾ ਕਹਿ ਦਿੰਦੇ ਆ। ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਲਿਖੀ, ਸਭ ਦੇਵੀ ਦੇਵਤੇ ਰਿਸ਼ੀ ਮੁਨੀ ਮਹਾਂਪੁਰਸ਼ ਰਾਜਾ ਜਨਕ ਸੁਖਦੇਵ ਰਿਸ਼ੀ ਪ੍ਰੀਸ਼ਤ ਰਾਜਾ, ਫਿਰ ਤਾਂ ਸਾਰਿਆਂ ਦੀ ਸਭਾ ਆ ਕੇ ਬਹਿ ਗਈ। ਕਹਿੰਦੇ ਕੋਈ ਦਿਸਦਾ ਹੈ? ਕਹਿੰਦੇ ਜਿੱਥੋਂ ਤੱਕ ਡਿਗਾ ਮਾਰੋ ਚਿੱਟੇ ਬਸਤਰ ਧਾਰੇ, ਕਰੋੜਾਂ ਰਿਸ਼ੀ ਮੁਨੀ ਮਹਾਂਪੁਰਖ ਬੈਠੇ ਨੇ, ਪਤਾ ਹੀ ਨਹੀਂ ਕਿੱਡੀ ਕੁ ਕਿੱਡਾ ਕੁ ਨਿਰੰਕਾਰ ਦਾ ਦੇਸ਼। ਜਿੱਥੇ ਭਗਤ ਬਰਾਜਦੇ ਆ, ਮਹਾਂਪੁਰਖ ਬਰਾਜਦੇ ਆ, ਬਸ ਸਾਰੀ ਜ਼ਿੰਦਗੀ ਬੰਦਗੀ ਉੱਥੇ ਬਰਾਜਣ ਨੂੰ ਕਰਦੀ ਆ, ਉੱਥੇ ਧਰੂ ਤੇ ਬਿਸ਼ਨ ਦੀ ਗੰਤ ਨਾ ਕਾਈ, ਰਾਮ ਕ੍ਰਿਸ਼ਨ ਵੀ ਸਾਥੇ ਰਗੜਨ ਮਾਥੇ, ਸਾਰੇ ਉੱਥੇ ਮਹਾਨ ਸ਼ਕਤੀ ਹੈ। ਉਹ ਮੰਡਲ ਨਿਰੰਕਾਰ ਦਾ, ਨਿਰੰਕਾਰ ਦੇ ਬਾਬਾ ਨੰਦ ਸਿੰਘ ਜੀ ਵੀ ਕਹਿੰਦੇ ਸੀ ਨਿਰੰਕਾਰ ਦੇ ਦੇਸ਼ ਵਿੱਚ ਜਾ ਕੇ ਜੋਤ ਨਾਲ ਜੋਤ ਮਿਲ ਗਈ। ਬਾਬਾ ਜੀ ਵੀ ਨਿਰੰਕਾਰ ਦੇ ਦੇਸ਼ ਜਾ ਕੇ ਡੇਰੇ ਲਾ ਗਏ, ਜੋਤਾਂ ਮਿਲਾਉਣੀਆਂ, ਸਾਰੇ ਕੋਲ ਲਿਖਤ ਕਰ ਰਹੇ ਨੇ।
ਕੀ ਕਰ ਰਹੇ ਨੇ ਜੀ, ਕੋਈ ਲਿਖ ਰਹੇ ਨੇ? ਕਹਿੰਦੇ ਅੱਜ ਤੈਨੂੰ ਨਿਰੰਕਾਰ ਦੀ ਅਕਾਲ ਪੁਰਖ ਦੀ ਸ਼ਕਤੀ ਇਸ ਧਰਤੀ ਤੇ ਅਸੀਂ ਸੰਭਾਲ ਰਹੇ ਹਾਂ। ਆਖੋ ਸੀ ਜਿੱਡੀ ਵੱਡੀ ਦਾਸ ਸੀ, ਓਡਾ ਵੱਡਾ ਹੀ ਭਾਂਡਾ ਬਣਨਾ ਸੀ। ਬਥੇਰੇ ਆਏ, ਆਉਂਦੀਆਂ ਹੀ ਲੈ ਗਏ, ਮਹੀਨਿਆਂ ਚ ਲੈ ਗਏ, ਸਾਲ ਚ ਲੈ ਗਏ, ਪਰ ਇਹ ਤਾਂ ਸਾਰਾ ਕੁਝ ਹੀ ਤੇਰੀ ਝੋਲੀ ਚ ਪੈਣਾ। ਇਹਦੇ ਵਾਸਤੇ ਵੱਡੀਆਂ ਕਮਾਈਆਂ ਨੇ। ਫਿਰ ਬਾਬਾ ਜੀ ਤੇ ਸਾਰੀਆਂ ਬਖਸ਼ਿਸ਼ਾਂ ਕੀਤੀਆਂ, ਸਾਰੀਆਂ ਸ਼ਕਤੀਆਂ ਬਾਬਾ ਨੰਦ ਸਿੰਘ ਨੂੰ ਦਿੱਤੀਆਂ ਤੇ ਵੱਡੇ ਹਿਰਦੇ ਨਾਲ ਗੈਰ ਗੰਭੀਰੇ ਬਣ ਕੇ ਸੰਭਾਲ ਕੇ ਬੈਠੇ। ਗੱਲਾਂ ਦੇ ਬੋਧ ਨੀ, ਗੱਲਾਂ ਦੇ ਗਿਆਨ ਜਿੱਥੋਂ ਮਰਜ਼ੀ ਗਿਆਨੀਆਂ ਤੋਂ ਕਰ ਲਓ, ਜਿੱਥੇ ਮਰਜ਼ੀ ਚਲੇ ਜਾਓ। ਸ੍ਰੀ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਤਾਂ ਹਰ ਸ਼ਬਦ ਸ਼ਬਦ ਤੇ, ਹਰ ਅੰਗ ਅੰਗ ਤੇ, ਹਰ ਬਾਣੀ ਵਿੱਚ ਕਹਿਣਗੇ ਮਾਂ ਪੁਰਖਾਂ ਦਾ ਦਾਸ ਬਣ ਜਾ, ਸੇਵਕ ਬਣ ਜਾ, ਸੰਗੀ ਬਣ ਜਾ, ਗੋਲਾ ਬਣ ਜਾ, ਚੜਾ ਜਾ ਮਹਾਂਪੁਰਖਾਂ ਕੋਲ, ਛੱਡੀ ਨਾ ਉਹਨਾਂ ਦਾ ਬਚਨ ਮੰਨੀ, ਉਹਨਾਂ ਅੱਗੇ ਘਾਲ ਨਾ ਘਾਲੀ। ਸਤਿਗੁਰੂ ਸਿਖਾਉਂਦੇ ਆ, ਤੇ ਜਿਹੜੇ ਕਹਿੰਦੇ ਆ ਨਾ ਗੁਰੂ ਗ੍ਰੰਥ ਸਾਹਿਬ ਗੁਰੂ, ਤੇ ਉਹ ਪੁੱਠੀ ਮੱਤ ਸਿਖਾਉਂਦੇ ਆ, ਪੁੱਠੀਆਂ ਮੱਤਾਂ ਦਿੰਦੇ ਆ, ਫਿਰ ਤੋੜ ਦਿੰਦੇ ਆ। ਤੇ ਇਹ ਵੀ ਮਹਾਂਪੁਰਖ ਸੀ ਨਾ, ਕਿਉਂ ਵੀ ਭਾਈ ਜਾਗ ਤਾਂ ਲੱਗਦੀ ਨਾ ਮਹਾਂਪੁਰਖਾਂ ਕੋਲ, ਨਹੀਂ ਤਾਂ ਤੁਸੀਂ ਪਤਾ ਨਹੀਂ ਕਿਹੋ ਜਿਹੇ ਗਿਆਨੀ ਬਣੇ ਹੋਣਾ ਸੀ। ਹੈ ਤਾਂ ਹੈ ਸੀ, ਫੂ ਬਣਦਾ ਸੀ ਜਦੋਂ ਨਾਨਕ ਸਰ ਆਏ ਨਾ, ਪੀਲੀਆਂ ਪੱਗਾਂ ਬਣ ਕੇ ਸਾਰੇ, ਦੋਵੇਂ ਤਿੰਨੇ ਜਣੇ ਦੋ ਭਰਾ ਸੀ, ਤੇ ਬੜੀਆਂ ਉੱਚੀਆਂ ਉੱਚੀਆਂ ਪੀਲੀਆਂ ਖੱਟੀਆਂ ਪੱਗਾਂ ਬਣ ਕੇ ਲਾੜੇ ਬਣ ਕੇ ਜਾਂਦੇ ਹੁੰਦੇ ਸੀ। ਫਿਰ ਹੌਲੀ ਹੌਲੀ ਬਾਬਾ ਜੀ ਦੇ ਦਰ ਦੀਆਂ ਚਿੱਟੀਆਂ ਪੱਗਾਂ ਤਾਰਦੀਆਂ, ਚੰਗੇ ਪੱਗੂ ਵੱਢ ਕੇ ਜਾਂਦੇ ਹੁੰਦੇ ਸੀ, ਕੀਰਤਨ ਹਾਜ਼ਰੀ ਭਰਦੇ ਹੁੰਦੇ ਸੀ, ਪਰ ਅੰਦਰ ਕਿਣਕਾ ਹੈ ਸੀ ਮਹਾਂਪੁਰਸ਼ਾਂ ਦੇ ਪਿਆਰ ਦਾ ਨਾਗਾ ਨਹੀਂ ਪਾਇਆ ਕਿਸੇ ਪੂਰਨਮਾਸ਼ੀ ਨੇ। ਸੰਤ ਕੀ ਗੈਰ ਨਾ ਛੱਡੀਏ, ਕਹਿੰਦੇ ਬਸ ਇੱਕ ਪੱਲੇ ਬਣ ਲਓ ਕਿ ਸਾਧੂ ਦਾ ਰਸਤਾ ਨਾ ਛੱਡਿਆ ਜੀ, ਪਿੱਛੇ ਤੁਰੇ ਜਾਇਓ, ਪਿੱਛੇ ਤੁਰੇ ਜਾਇਓ, ਭਾਵੇਂ ਜਿੱਧਰ ਮਰਜ਼ੀ ਭੁਲੇਖੇ ਪੈਣ, ਵੀ ਪਤਾ ਨਹੀਂ ਗਲਤ ਰਸਤੇ ਪੈ ਗਏ ਆ, ਗਲਤ ਚਲੇ ਗਏ ਆ, ਕਿੱਧਰ ਚਲੇ ਗਏ, ਘਬਰਾਉਣਾ। ਕਬੀਰ ਸੰਤ ਕੀ ਗੈਰ ਨਾ ਛੱਡੀਏ, ਮਾਰਗ ਲਾਗਾ ਜਾਓ। ਕਬੀਰ ਸੰਤ ਕੀ ਗੈਰ ਨਾ ਛੋੜੀਏ, ਇਹ ਸਾਰੇ ਸ਼ਬਦ ਲਿਖੇ ਹੋਏ ਦੋ ਤਿੰਨ ਵਰਗ। ਕਾਲੇ ਭਾਂਡਿਆਂ ਨੂੰ ਕਹਿੰਦੇ, ਕਾਲੇ ਭਾਂਡਿਆਂ ਨਾਲ ਨਾ ਲੱਗੇ ਹੋ, ਇਹ ਕਾਲੇ ਭਾਂਡੇ ਨੇ ਸਾਕਤ, ਜਿਨ੍ਹਾਂ ਨੂੰ ਆਪ ਰਸ ਆਇਆ ਨਹੀਂ, ਤੇ ਕਹਿੰਦੇ ਨੇ ਸਾਧ ਸੰਤ ਐਵੇਂ ਆਪ ਰਸ ਲੈ ਨਹੀਂ ਸਕੇ ਮਹਾਂਪੁਰਖਾਂ ਕੋਲ, ਸਾਕਤ ਨੇ। ਪੜੋ ਕਬੀਰ, ਕਬੀਰ ਸੰਤ ਕੀ ਗੈਲ ਨਾ ਛੋਡੀਏ, ਮਾਰਗ ਲਾਗਾ ਜਾਓ, ਦੇਖਤ ਹੀ ਪੁਨੀਤ ਹੋਏ,
ਪੇਟ ਤੇ ਜਪੀਏ ਨਾ ਪੇਖਤ ਹੀ ਪੁਨੀਤ ਹੋਏ ਪੇਟ ਤੇ ਜਪੀਏ ਨਾ ਮਹਾਂਪੁਰਸ਼ਾਂ ਨੂੰ ਮਿਲਾਂਗੇ ਨਾਮ ਜਪਾਂਗੇ ਕਬੀਰ ਸੰਤ ਨਾ ਛੋੜੇ ਸੰਤ ਹੀ ਕੋਟ ਕੁ ਮਿਲੇ ਅਸੰਤ ਕਰੋੜਾਂ ਅਸੰਤ ਮਿਲ ਜਾਣ ਸੰਤ ਨਹੀਂ ਛੱਡਦਾ ਫਿਰ ਆਪਦਾ ਮਾਰਗ ਨਹੀਂ ਛੱਡਦਾ ਕਰੋੜਾਂ ਮਿਲ ਜਾਣ ਮੱਤਾਂ ਦੇਣ ਵਾਲੇ ਸੰਤ ਮਹਾਂਪੁਰਸ਼ ਫਿਰ ਆਪਣਾ ਨਾਮ ਬਾਬਾ ਜੀ ਲੁਧਿਆਣੇ ਗਏ ਤੇ ਮੈਂ ਆਪਣੀ ਕੈਸਟ ਭਰ ਕੇ ਲਾਈ ਹੋਈ ਸੀ ਬਾਬਾ ਜੀ ਸੁਣ ਰਹੇ ਸੀ ਉਹ ਕੈਸਟ ਜੋ ਕਥਾ ਸੁਣਦੇ ਮੈਂ ਕਿਹਾ ਵੀ ਸੰਤ ਨਾ ਛੱਡੇ ਸੰਤ ਹੀ ਬਾਬਾ ਜੀ ਹੱਸਣ ਲੱਗ ਪਏ ਕਹਿੰਦੇ ਸੰਤ ਨਾ ਛੱਡੇ ਸੰਤ ਨਹੀਂ ਹਮੀਰ ਸਾਨੂੰ ਕਹਿਣ ਲੱਗੇ ਇਹ ਕਹਿ ਰਿਹਾ ਸੰਤ ਨਾ ਛੱਡੇ ਸੰਤ ਨਹੀਂ ਤੇ ਹੱਸਣ ਲੱਗ ਪਏ ਬੜੇ ਐਵੇਂ ਬਚਨ ਕਰ ਆਏ ਤੇ ਮੈਨੂੰ ਫਿਰ ਸੰਤਨੀ ਮਗਰੀ ਪਾ ਤਾ ਮੈਂ ਵਿਆਹ ਕਰਾਉਣ ਨੂੰ ਤਿਆਰ ਹੋ ਗਿਆ ਕਦੀ ਕਿੱਧਰ ਜਾਵਾਂ ਕਦੀ ਕਿਵੇਂ ਪੂਰੀਆਂ ਤਿਆਰੀਆਂ ਬਚਨ ਕਰ ਆਏ ਸੰਤ ਨਾ ਛੱਡੇ ਸੰਤਨੀ ਤੇ ਸੰਤਨੀ ਮਗਰੀ ਪਾ ਤਾ ਪਰ ਚੰਗੇ ਕਰਮ ਹੈਗੇ ਸੀ ਚੰਗੇ ਸੰਯੋਗ ਸੀ ਫਿਰ ਉਹ ਆਪ ਹੀ ਮਹਾਂਪੁਰਖਾਂ ਨੇ ਮੱਥੇ ਤੇ ਹੱਥ ਮਾਰ ਕੇ ਮੇਟੇ ਪਹਿਲੋਂ ਕਹਿੰਦੇ ਸੀ ਤੇਰੇ ਸੰਯੋਗ ਸਾਕਸ਼ਾਤ ਸੁਭਾਵਕ ਹੀ ਬਚਨ ਕਰਨ ਲੱਗ ਪਏ ਬਹੁਤੇ ਸੰਤ ਤਾਂ ਸੰਤਨੀ ਵਾਲੇ ਹੁੰਦੇ ਆ ਸੰਤੀ ਮੈਣਾ ਬੰਦਗੀ ਭਗਤੀ ਸੰਤ ਪੁਣਾ ਸੰਤ ਪੁਣਾ ਬਹੁਤੇ ਸੰਤ ਦਾ ਜਿਵੇਂ ਤੁਸੀਂ ਟੀਵੀ ਚ ਦੇਖਦੇ ਰਹਿਣਾ ਸੰਤਨੀ ਵਾਲੇ ਸੰਤ ਸੰਤਨੀ ਵੀ ਜੇਲ੍ਹ ਚ ਚਲੀ ਗਈ ਸੰਤ ਵੀ ਜੇਲ੍ਹ ਚ ਚਲੇ ਗਏ ਹੁਣ ਬੰਦਗੀ ਕਰਦੇ ਪਏ ਜੇ ਰੱਖੇ ਸੰਤ ਹੀ ਮਰਯਾਦਾ ਸੰਤ ਵਾਲੀ ਤੇ ਕਦੀ ਵੀ ਨਾ ਗੇੜ ਪੈਣ ਟਪਾਉਂਦੇ ਆ ਚੇਲੇ ਮਹਾਂਪੁਰਸ਼ਾਂ ਨੇ ਕਿਹਾ ਸੀ ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਬਹੁ ਬਿਧ ਭਾਈ ਕਹਿੰਦੇ ਕਲਯੁਗ ਦੇ ਵਿੱਚ ਸੰਤ ਇਹੋ ਜਿਹੇ ਹੋਣਗੇ ਨੱਚਣਗੇ ਚੇਲਿਆਂ ਦੇ ਪਿੱਛੇ ਲੱਗ ਕੇ ਤੇ ਜੇ ਫਿਲਮਾਂ ਬਣਾਈਆਂ ਨਾਚੇ ਬਣੇ ਨੱਚੇ ਥਾਂ ਥਾਂ ਤੇ ਫਿਰ ਹਾਲ ਕੀ ਹੋਇਆ ਇਹ ਫੜੇਗਾ ਚੇਲੇ ਉਹੋ ਜਿਹੇ ਟੱਕਰ ਪਏ ਜੀ ਬਾਬਾ ਜੀ ਬਣਾਓ ਜ਼ਰੂਰ ਜੀ ਬੜੇ ਸੋਹਣੇ ਲੱਗਦੇ ਹੋ ਤੁਸੀਂ ਬੜਾ ਬਸ ਮਿਊਜ਼ਿਕ ਚੇਲੇ ਹੀ ਗੁਰੂਆਂ ਨੂੰ ਨਚਾਉਂਦੇ ਆ ਪੈਸਾ ਪੀਰ ਇਸਤਰੀ ਗੁਰੂ ਜਿੱਧਰ ਨੂੰ ਕਹੂ ਉਧਰ ਨੂੰ ਤੁਰੂ ਇਸੇ ਤਰ੍ਹਾਂ ਹੀ ਚੇਲੇ ਇਹੋ ਜਿਹੇ ਹੋਣਗੇ ਗੁਰੂਆਂ ਨੂੰ ਨਚਾਉਣਗੇ ਕਿ ਮਹਾਰਾਜ ਜੀ ਤੁਹਾਨੂੰ ਤਾਂ ਆਹ ਕਹਿਤਾ ਉਹਨੇ ਮਹਾਰਾਜ ਜੀ ਆਹ ਹੋ ਗਿਆ ਗੁਰੂਆਂ ਦੇ ਕੰਨ ਭਰਦੇ ਆ ਗੁਰੂਆਂ ਨੂੰ ਨਚਾਈ ਜਾਂਦੇ ਆ ਫਿਰ ਗੁਰੂ ਬੋਲਦੇ ਆਉਣ ਉਵੇਂ ਕਰਦੇ ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਬਹੁ ਬਿਧ ਪਾਏ
ਸਾਡਾ ਕੰਮ ਹੀ ਨਹੀਂ। ਬਥੇਰੇ ਨੱਚਣ ਵਾਲੇ ਨਾਚੇ ਆ, ਫਿਲਮਾਂ ਬਣਾਉਣ, ਗੀਤ ਗਾਉਣ, ਕੁਝ ਕਰਨ। ਸੰਤ ਨਾ ਛੱਡੇ ਸੰਤ ਹੀ, ਸੰਤ ਆਪਣੀ ਮਰਿਆਦਾ ਨਾ ਛੱਡੇ, ਸੰਤ ਆਪਣੇ ਗੁਣ ਨਾ ਛੱਡੇ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਮਹਾਂਪੁਰਸ਼ ਆਪਣਾ ਕੰਮ ਥੋੜਾ ਛੱਡਦੇ ਆ, ਲੱਖਾਂ ਨਿੰਦਿਆ ਕਰਨ, ਉਸਤ ਕਰਨ, ਜੋ ਉਹਨਾਂ ਦਾ ਪਰਉਪਕਾਰ ਕਰਨਾ ਏ, ਜੋ ਉਹਨਾਂ ਨੇ ਦਇਆ ਕਰਨੀ ਏ, ਜੋ ਉਹਨਾਂ ਨੇ ਭਲਾ ਕਰਨਾ ਉਹਨਾਂ ਕਰੀ ਜਾਣਾ, ਉਹ ਕਿਸੇ ਮਗਰ ਨਹੀਂ ਲੱਗਦੇ। ਜੋ ਕਿਸ ਕਰੇ ਸੋ ਆਪੇ ਸਵਾਮੀ, ਹਰ ਆਪੇ ਕਾਰ ਕਮਾਵੇ। ਕਰਨਾ ਤਾਂ ਮੇਰੇ ਪਰਮਾਤਮਾ ਨੇ, ਸਾਡੇ ਤਾਂ ਵਜੂਦ ਬਣਾ ਕੇ ਰੱਖੇ ਹੋਏ ਆ ਰੱਬ ਨੇ। ਜਿੱਤ ਜਿੱਤ ਭਾਣਾ ਤਿੱਤ ਤਿੱਤ ਲਾਏ, ਜਿੱਥੇ ਆਉਂਦਾ ਭਾਣਾ ਉੱਥੇ ਲਾਏ ਹੋਏ। ਅੱਜ ਨਵਾਂ ਸਾਲ ਦਾ ਪਹਿਲਾ ਦਿਨ ਹੈ ਜਨਵਰੀ, ਸੰਗਤਾਂ ਨੇ ਰਾਤੀ ਆਨੰਦ ਮਾਣਿਆ, ਦੀਵਾਨ ਚ ਪਾਠ ਕੀਤੇ ਆ, ਸਤਸੰਗਤ ਦੇ ਵਿੱਚ ਤੁਹਾਡਾ ਇਹ ਨਵਾਂ ਸਾਲ ਚੜ੍ਹਿਆ ਗੁਰੂ ਦੇ ਚਰਨਾਂ ਚ। ਸਾਲ ਦੇ ਪਹਿਲੇ ਦਿਨ ਜਿੰਨੇ ਸ਼ੁਭ ਕਹਿੰਦੇ ਕੰਮ ਕਰ ਲਈਏ, ਫਿਰ ਉਵੇਂ ਹੀ ਕੰਮ ਚੱਲਦਾ ਰਹਿੰਦਾ, ਤੇ ਚੰਗਾ ਹੈ ਭਗਤੀ ਵਿੱਚ ਸਿਮਰਨ ਵਿੱਚ ਬਤੀਤ ਹੋਵੇ। ਤੇ ਰੋਜ਼ ਭਾਈ ਆਇਆ ਕਰੋ, ਰਾਤ ਤੁਸੀਂ ਲੇਟ ਗਏ ਤੇ ਅੱਜ ਥੋੜੇ ਇਸ ਵਿੱਚੋਂ ਗੁਰਮੁਖ ਨਹੀਂ ਆਏ ਜਿਹੜੇ, ਇਹ ਨਾ ਛੱਡਿਆ ਕਰੋ ਸੰਗਤ, ਇਹ ਦਿਨ ਬਹੁਤ ਕੀਮਤੀ ਨੇ। ਜੋ ਤੁਸੀਂ ਬਚਨ ਬਲਾਸ ਇੱਥੇ ਸੁਣ ਰਹੇ ਜੇ ਨਾ, ਇਹ ਕਿਤੇ ਟੀਵੀ ਚੈਨਲ ਤੇ ਵੀ ਸੁਣੋ, ਫਿਰ ਵੀ ਉਹ ਗੱਲ ਨਹੀਂ ਬਣਦੀ। ਇੱਥੇ ਤਾਂ ਅੰਦਰ ਸਾਡੇ ਪ੍ਰਵੇਸ਼ ਕਰ ਜਾਂਦੇ ਆ, ਅੰਦਰ ਸਿੱਧੇ ਘਾਉ ਕਰਦੇ ਆ ਹਿਰਦੇ ਨੂੰ। ਜੇ ਕਿਤੇ ਟੁੱਟ ਵੀ ਗਏ, ਵਿਛੜ ਵੀ ਗਏ, ਤੁਸੀਂ ਅਖੀਰੀ ਇੱਥੇ ਹੀ ਆਓਗੇ, ਇਹਦਾ ਆਪ ਹੈ। ਜੇ ਕਿਸੇ ਕਾਰਨ ਮਾਇਆ ਦੇ, ਪਦਾਰਥਾਂ ਦੇ, ਦੁੱਖਾਂ ਸੁੱਖਾਂ ਦੇ, ਗੁਰੂ ਤੋਂ ਦੂਰ ਵੀ ਚਲੇ ਗਏ ਨਾ, ਅਖੀਰ ਤੇ ਗੁਰੂ ਇੱਥੇ ਹੀ ਲਿਆਏਗਾ। ਇਹ ਇਹਦਾ ਇਹ ਸੰਗਤ ਦਾ ਫਲ ਹੈ। ਇੱਕ ਦਿਨ ਵੀ ਕੀਤੀ ਹੋਈ ਬਿਰਥੀ ਨਹੀਂ। ਸਾਡੇ ਪਿਤਾ ਜੀ ਨੇ ਬਾਬਾ ਜੀ ਦੀ ਪਾਕਿਸਤਾਨ ਚ ਦੀਵਾਨ ਸੁਣਿਆ ਸੀ, ਤੇ ਫਿਰ ਬਥੇਰੇ ਇੱਧਰ ਉੱਧਰ ਸਰਦਾਰੀਆਂ ਕਰਦੇ ਰਹੇ, ਸਰਪੰਚੀਆਂ ਕਰਦੇ ਰਹੇ, ਲੀਡਰ ਬਣੇ ਰਹੇ। 40 ਸਾਲ ਭੜਕੇ ਬਹੁਤ, ਫਿਰ ਬਾਬਾ ਕੁੰਦਨ ਸਿੰਘ ਜੀ ਮਹਾਂਪੁਰਖ ਮਿਲ ਗਏ ਤੇ ਗੰਢ ਪਾ ਲਈ, ਚਰਨਾਂ ਚ ਰੱਖ ਲਿਆ। ਬੜੀ ਮੁਸ਼ਕਲ ਨਾਲ ਸਾਧੂ ਮਹਾਂਪੁਰਖਾਂ ਦਾ ਸੰਗ ਸਭ ਤੋਂ ਮੁਸ਼ਕਲ ਮਿਲਦਾ ਹੈ, ਵੱਡੇ ਪੁੰਨਾਂ ਨਾਲ ਮਿਲਦਾ ਹੈ, ਵੱਡੇ ਕਰਮਾਂ ਨਾਲ ਮਿਲਦਾ ਹੈ, ਐਵੇਂ ਨਹੀਂ ਮਿਲਦਾ। ਕਰਮਾਂ ਦੇ ਸੌਦੇ ਨੇ ਐਵੇਂ ਨੀ ਸਾਧੂ ਮਿਲਦੇ,
ਕਰਮਾਂ ਦੇ ਸੌਦੇ ਨੇ ਐਵੇਂ ਨੀ ਸਾਧੂ ਮਿਲਦੇ ਗਣਕਾ ਕੰਜਰੀ ਸੀ ਗਣਕਾ ਪਾਪਣ ਸੀ ਤੇ ਮਹਾਂਪੁਰਸ਼ੀ ਆ ਗਏ ਨਾ ਘਰ ਤੇ ਕਿੱਥੇ ਗਈ ਗਣਕਾ ਨਰਕਾਂ ਚ ਜਾਣ ਵਾਲੀ ਸੱਚਖੰਡ ਵਿੱਚ ਬਰਾਜਮਾਨ ਹੋਈ ਦਿਨੇ ਰਾਤ ਪਾਪ ਕਰਨ ਵਾਲੀ ਦਿਨੇ ਰਾਤ ਨਾਮ ਜਪਣ ਵਾਲੀ ਹੋ ਗਈ ਦੁਰਮਤ ਪਾਪ ਕਲੇਵਰ ਧੋਤਾ ਨਿਤ ਪੜ੍ਹਾਏ ਕਰੇ ਅਸੋਤਾ ਸੌਂਦੀ ਨੀ ਹੁਣ ਜਪਦੀ ਨਾਮ ਮਹਾਂਪੁਰਸ਼ ਕੋਈ ਲੈ ਕੇ ਜਾਂਦੇ ਆ ਉਹਨਾਂ ਨੇ ਨਿਆਣਿਆਂ ਨੂੰ ਡਿਗਰੀਆਂ ਕਰਾਉਣੀਆਂ ਨਾ ਸਤਾਰਾਂ ਸਤਾਰਾਂ ਜਵਾਕ ਜੰਮੇ ਸੰਤਾਂ ਨੇ ਜਿਹੜੇ ਪੜ੍ਹਾਉਣੇ ਆ ਕੋਠੀਆਂ ਬਣਾਉਣੀਆਂ ਮਹਿਲ ਬਣਾਉਣੇ ਆ ਇੱਕ ਤਣ ਹੈਗਾ ਉਹ ਵੀ ਸਾਧ ਸੰਗਤ ਦੇ ਲੇਖੇ ਲਾਇਆ ਸੰਤਾਂ ਨੇ ਕੀ ਲੈ ਜਾਣਾ ਬਾਬਾ ਆਨੰਦ ਸਿੰਘ ਪੁੱਤਰ ਪੋਤਰੇ ਪੜ੍ਹਾ ਗਿਆ ਕੋਠੀਆਂ ਮਹਿਲ ਬਣਾ ਗਿਆ ਪੁੱਤਰਾਂ ਧੀਆਂ ਨੂੰ ਜਾਇਦਾਦ ਦੇ ਗਏ ਬਾਬਾ ਈਸ਼ਰ ਸਿੰਘ ਜੀ ਬਾਬਾ ਕੁੰਦਨ ਸਿੰਘ ਜੀ ਆਪਣੇ ਧੀਆਂ ਪੁੱਤਰਾਂ ਭੈਣਾਂ ਪਰਿਵਾਰਾਂ ਨੂੰ ਜਾਇਦਾਦ ਦੇ ਗਿਆ ਬੱਚੇ ਪੜ੍ਹਾ ਗਏ ਬੱਚੇ ਡਿਗਰੀਆਂ ਇੱਕ ਸਰੀਰ ਸੀ ਉਹ ਵੀ ਸਾਹ ਸਾਹ ਕਰਕੇ ਗੁਰੂ ਦੇ ਲੇਖੇ ਲਾ ਇਹ ਜਿਹੜੇ ਗੱਲਾਂ ਕਰਦੇ ਆ ਉਹਦੀ ਕਾਰਾਂ ਕਿੱਥੋਂ ਚੱਲਦੀਆਂ ਕੁੱਠੀਆਂ ਕਿੱਥੋਂ ਬਣਦੀਆਂ ਉਹਨਾਂ ਦੇ ਦੁਕਾਨ ਕਾਰੋਬਾਰ ਕਰਦੇ ਆ ਉਹ ਤਾਂ ਖਾਂਦੇ ਆ ਸਾਧ ਸੰਗਤ ਦਾ ਬੱਚਿਆਂ ਨੂੰ ਕਿੱਥੋਂ ਪੜਾਉਂਦੇ ਆ ਉਹਨਾਂ ਦਾ ਕੰਮ ਬਣਿਆ ਹੋਇਆ ਕਿਤੇ ਕਿਤੇ ਸਾਡਾ ਖਰਾਬ ਨਾ ਹੋ ਜੇ ਕਿਸੇ ਮਹਾਂਪੁਰਸ਼ ਵੱਲ ਵੇਖ ਲਓ ਬਾਬਾ ਖੇਮ ਸਿੰਘ ਜੀ ਵੱਲ ਵੇਖ ਲਓ 40 ਸਾਲ ਪੁੱਛੋ ਚ ਰਹੇ ਆ ਤੁਰਨ ਲੱਗੇ ਨਾ ਪਤਾ ਸੀ ਕਹਿੰਦੇ ਪੰਚਾਇਤ ਵਾਲਿਆਂ ਨੂੰ ਬੁਲਾ ਲਓ ਸਾਰਿਆਂ ਨੂੰ ਬੁਲਾ ਲਓ ਦਿੱਲੀ ਚੱਲਦੇ ਹਾਂ ਅਸੀਂ ਸੇਵਾਦਾਰ ਨੂੰ ਕਹਿੰਦੇ ਵੀ ਕੀ ਇਹਦੇ ਚ ਬਾਬਾ ਜੀ ਕਸ਼ਹਿਰਾ ਤੋੜੀ ਆ ਤੁਹਾਡਾ ਹੋਰ ਤਾਂ ਨੀ ਕੋਈ ਕੱਢ ਕੇ ਬਾਹਰ ਕਹਿੰਦੇ ਝਾੜ ਕੇ ਝਾੜ ਇਹਨੂੰ ਕਸ਼ਹਿਰਾ ਤੋੜੀ ਆ ਝਾੜ ਕੇ ਫਿਰ ਪਾਲੇ ਕੇ ਦਿਖਾਉਣਾ ਸੀ ਆਏ ਸੀ ਇਸ਼ਨਾਨ ਕਰਨ ਦਾ ਕਸ਼ਹਿਰਾ ਤੋੜੀਆ ਸੀ ਅੱਜ ਚੱਲੇ ਆ ਮੁੜ ਕੇ ਨੀ ਆਉਣਾ ਦਿੱਲੀਓ ਅਸੀਂ ਕਸ਼ਹਿਰਾ ਤੌੜੀਆ ਆਪਦਾ ਲੈ ਕੇ ਚੱਲੇ ਆ ਤੁਹਾਡਾ ਸਾਰਾ ਪੁੱਛੋ ਤੁਹਾਡਾ ਸਾਰਾ ਕੁਝ ਇੱਥੇ ਦਾ ਇੱਥੇ ਪਿਆ ਏ ਆਪਦੇ 40 ਸਾਲਾਂ ਦੇ ਲਾਲ ਕੀਮਤੀ
महापुरखां दे चरणां च भेट करके आखो जी वाहिगुरु जी। हीरे लाल लाल सुवास लाल ने बंदगी करदे आ ते महापुरश एक एक लाल सुचा परमात्मा दे चरणां च भेट करदे आ। सालसराय गुरु साहब नूं कहिंदे सी छड्ड झूठे लाल तू आपदा लाल पछाण सुन सास जोहारी अपना लाल पछा अमरीक लाल ए बचन रतन कहने हीरे ने तेरे सुवास तू गवाई जाना है। महापुरुष नाम जप के सेवा करके सिमरन करके बड़ा के बड़ा कुछ पुछो दे विच महापुरुष कशहरा तौलिया फड़ के ते झाड़ के सारिया दे सामने गड्डी च बह के गए बस। महापुरुषां कोल अपना तन है संगतां दे लेखे नाम जपा के किन्नियां नूं गुड़ के फड़ा है किन्नियां नूं माला फड़ा है किन्नियां दा जीवन अज आके अफसर कहिंदे मैं बाबा जी की कृपा नाल SSP बनिया बाबा जी की कृपा नाल DIG बनिया बाबा जी की कृपा नाल जज बनिया बाबा जी की कृपा नाल मैं बाहरले देश गया। महापुरखां की कृपा साडा घर परिवार पुत्र बाबा जी की कृपा नाल होया अज महापुरशां की कृपा चमकदी है पिया जी भाई थोड़ा थोड़े कोल बस संत मार जांदे उडारियां फिर गए अपने देश नूं आखो श्री श्री वाहे निरंकार दे देश विच जाके फिर जिथों आए होंदे ने विछड़ के उत्थे जाके मिल जांदे आ। जल ते उपज तरंग जो जल ही बिखे सुभाए महापुरश रब तो बिछड़ के आए ने धक्या धकाया आए जी नहीं करदा आपदे प्रभु तो विछड़ के आउंदे आ ते फिर प्रभु दे चरणां च फिर प्रभु ड्यूटियां लाउंदे चल बई तू फलानी जगह चल बई तू फलानी जगह फिर मजबूर आउंदे बचन मन के हुक्म वजाउण आउंदे आ कल्ले आवे नानका सदे उठी जाए एवें नहीं आउंदे भेजे आए आ सदे होए चले जाणा है लैणा देणा तुहाडा कुछ नहीं कुछ देख ही जावांगे कोई तुहाडी झोली च पा के ही जावांगे। मां जिथे बहिंदे जिथों लंघदे अमृत दा छट्टा देई जांदे आ कलयुग दे कुत्ते भौंकदे आ कलयुग दे डैना कलयुग दे दैंत तोड़दे आ संगत नाल गुरु साहब जोड़दे आ महापुरश जोड़दे आ सतगुरु गुरु नानक प्यारा ये बख्शिश वरताई जांदा कलयुग तां तोड़ी जांदा है जे कलयुग दे कुत्ते कलयुग दियां कुत्तियां कलयुग दे दैंत डैना रूप धार के आ जांदे ने ज्ञानियां दा बड़ा सोहना मिठिया मिठिया बोलियां दा मुखो ए पंडित मिठे मूह दे मिठे होंदे ते फिर तोड़ के आनंद माणदे भी मेरियां चालां मेरियां गल्लां कामयाब हो गईआं मैं सिखाता जो प्रहलाद जिहड़ा सी ना रब ने बहुत प्रहलाद दियां कीतियां बहुत
ਐਡਾ ਵੱਡਾ ਬੰਦਾ ਐਡਾ ਭਗਤੀ ਇਹਨੂੰ ਵੀ ਪੁੱਠੀ ਮੱਤ ਦੇਣ ਵਾਲਿਆਂ ਨੇ ਇੱਕ ਦਿਨ ਰੱਬ ਦੇ ਉਲਟ ਕਰਕੇ ਬਿਠਾ ਲਿਆ। ਆ ਸੁਣੋ ਪੜਨ ਪਠਾਇਆ ਹੈ ਚਾਰ ਸਾਹਿਬ, ਪੜਨ ਪਠਾਇਆ ਚਾਟ ਸਾ ਪਾਂਦੇ ਚਿਤ ਹੋਵਾ ਅਹਿਲਾਦ। ਰਾਕਸ਼ ਦਾ ਪੁੱਤਰ ਨਹੀਂ ਸੀ ਇਹ, ਮੇਰੇ ਰੱਬ ਦਾ ਪੁੱਤਰ ਸੀ। ਰੱਬ ਨੂੰ ਨਹੀਂ ਭੁੱਲਿਆ, ਤੇਰੇ ਘਰ ਜੰਮਿਆ ਹੀ ਆ ਮੈਂ, ਆਪਦੀਆਂ ਰਾਮ ਦੀਆਂ ਕਰਦਾ ਹੈ, ਪਿਓ ਆਪਣੀਆਂ ਕਰਦਾ, ਪੁੱਠੀਆਂ ਮੱਤਾਂ ਦਿੰਦਾ ਹੈ। ਸਿਮਰੈ ਮਨ ਵਿੱਚ ਰਾਮ ਨਾਮ, ਗਾਵੇ ਸ਼ਬਦ ਅਨਾਹਦ ਨਾਦ। ਆਪਦੇ ਮਨ ਚ ਰੱਬ ਦੀਆਂ ਸਿਮਰਦਾ ਹੈ, ਸ਼ਬਦ ਗਾਉਂਦਾ ਹੈ, ਬੜੇ ਅਨਾਹਦ ਨਾਦ ਗਾਉਂਦਾ ਹੈ। ਭਗਤ ਕਰਨ ਸਭ ਚਾਟੜੇ ਪਾਉਂਦੇ ਹੋਏ ਰਹੇ ਬਿਸਮਾਦ। ਰਾਜੇ ਨੇ ਮਾਸਟਰ ਲਾਏ ਸੀ ਪੜਾਉਣ ਵਾਲੇ, ਵੀ ਇਹਨਾਂ ਨੂੰ ਪੜਾਓ, ਮੇਰੀ ਸਿੱਖਿਆ ਦਿਓ, ਮੇਰੀ ਮੱਤ ਦਿਓ, ਮੇਰੀ ਪੂਜਾ ਕਰਨ, ਮੇਰਾ ਨਾਮ ਚੱਲੇ। ਪ੍ਰਹਿਲਾਦ ਸਾਰਿਆਂ ਨੂੰ ਸਹੀ ਮੱਤ ਦੇ ਕੇ ਸਿਖਾ ਦਿੰਦਾ ਹੈ, ਉਹ ਪਾਂਧੇ ਦੇ ਮਗਰ ਹੀ ਨਹੀਂ ਲੱਗਦੇ। ਚਾਰ ਸਾਲ ਵਿੱਚ ਸਾਰੇ ਪਾਂਧੇ ਵੀ ਸਮਾਦ ਹੋ ਗਏ, ਵੀ ਬਣ ਕੀ ਗਿਆ ਹੈ। ਰਾਜੇ ਪਾਸ ਰਵਾਇਆ ਦੁਖੀ ਦੈਤ ਵਧਾਇਆ ਬਾਦ। ਰਾਜੇ ਪਾਸ ਜਾ ਕੇ ਦੱਸਿਆ ਵੀ ਇਸ ਤਰ੍ਹਾਂ ਕਰਦਾ ਪ੍ਰਹਿਲਾਦ, ਫਿਰ ਦੈਤ ਨੇ ਬੜਾ ਵਾਦ ਵਧਾਇਆ, ਦੁਖੀ ਨੇ ਇਹ ਮਹਾਂਪੁਰਖਾਂ ਦੇ ਸੰਤਾਂ ਦੇ ਗੁਰੂਆਂ ਦੇ ਦੋਖੀ ਨੇ ਜਿਹੜੇ ਇਹ ਕਰਦੇ ਫਿਰਦੇ ਇਹੋ ਜਿਹੇ ਕੰਮ। ਜਲ ਅਗਨੀ ਵਿੱਚ ਖੱਦਿਆਂ ਜਲੇ ਨਾ ਡੂਬੈ ਗੁਰ ਪ੍ਰਸ਼ਾਦ। ਕਦੇ ਪਾਣੀ ਚ ਡੋਬਣਾ ਚਾਹਿਆ, ਕਦੇ ਅੱਗ ਚ ਸਾੜਨਾ ਚਾਹਿਆ, ਕਦੇ ਪਹਾੜ ਤੋਂ ਸਿੱਟਣਾ ਚਾਹਿਆ, ਪਰ ਗੁਰੂ ਦੀ ਕਿਰਪਾ ਹੈ ਪ੍ਰਹਿਲਾਦ, ਨਾ ਤਾਂ ਪਹਾੜ ਤੋਂ ਸਿੱਟਿਆ ਮਰਿਆ ਹੈ, ਨਾ ਸਮੁੰਦਰ ਚ ਡੋਬਿਆ ਮਰਿਆ ਹੈ, ਨਾ ਅੱਗ ਦੇ ਵਿੱਚ ਸਾੜਿਆ ਸੜਿਆ ਹੈ, ਪ੍ਰਹਿਲਾਦ ਦੇ ਸਿਰ ਤੇ ਰਾਮ ਹੈ। ਖੜ ਖੜਗ ਸਦ ਪੁੱਛਿਆ ਕੌਣ ਸੋ ਤੇਰਾ ਹੈ ਉਸਤਾਦ। ਖੜਗ ਕੱਢ ਕੇ ਤਲਵਾਰ ਕੱਢ ਕੇ ਕਿਹਾ ਦਿਆ ਤੇਰਾ ਕਿਹੜਾ ਉਸਤਾਦ, ਕਿਹੜਾ ਤੇਰਾ ਗੁਰੂ ਹੈ। ਕੱਢ ਲਾ ਪਾ ਤੱਤਿਆ ਥੰਮਾਂ ਨੂੰ ਜਫੀਆਂ, ਤੇ ਉਸ ਥੰਮ ਦੇ ਵਿੱਚੋਂ ਫਿਰ ਥੰਮ ਪਾੜ ਪ੍ਰਗਟਿਆ ਨਰਸਿੰਘ ਰੂਪ ਅਨੂਪ ਅਨਾਦ। ਤੁਸੀਂ ਦਿੱਤੇ ਕਦੀ ਕੋਠਿਆਂ ਚ ਬੰਦ, ਬਾਹਰੋਂ ਤਾਰਾ ਲਾ ਤਾ, ਕਿਤੇ ਡਰਾ ਤਾ, ਕਿਤੇ ਧਮਕਾ ਤਾ, ਕਿਤੇ ਦੈਂਤ ਚ ਮੇੜ ਤੇ ਨਿਰਭਉ ਬਾਲਕ ਮੂੜ ਨਾ ਡਰੀ ਮੇਰੇ ਅੰਤਰ ਵਸੇ ਗੋਪਾਲਾ। ਹੁਣ ਥੰਮ ਨੂੰ ਪਾੜ ਕੇ ਰੱਬ ਪ੍ਰਗਟ ਹੋਇਆ ਏ, ਨਰਸਿੰਘ ਦਾ ਸ਼ੇਰ ਦਾ ਤੇ ਬੰਦੇ ਦਾ ਰੂਪ ਧਾਰਿਆ। ਬੇਮੁਖ ਪਗੜ ਪਛਾੜੀਆਂ ਸੰਤ ਸਹਾਈ ਯਾਦ ਜਗਾ ਦੂੰ। ਉਸ ਬੇਮੁਖ ਨੂੰ ਫੜ ਕੇ ਫਿਰ ਸਿੱਟਿਆ ਗਿਆ, ਨਵਾਂ ਨਾਲ ਪਾੜਿਆ, ਨਾ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਕੋਈ ਸ਼ਾਸਤਰ ਕੱਟੇ, ਨਾ ਕੋਈ ਬੰਦਾ ਮਾਰੇ, ਸਾਰੇ ਵਰ ਮੰਗੇ ਸੀ। ਹੁਣ ਨਾ ਬੰਦਾ ਹੈ ਨਾ ਕੋਈ ਜਾਨਵਰ ਹੈ, ਸ਼ੇਰ ਦਾ ਰੂਪ ਧਾਰ ਲਿਆ, ਬੰਦੇ ਦਾ ਧਾਰ ਲਾ ਲਿਆ। ਇਵੇਂ ਫਿਰ ਪਰਮਾਤਮਾ ਨੇ ਨਵਾਂ ਨਾਲ ਪਾੜਿਆ, ਇਸ ਨੂੰ ਨਾ ਦਿਨੇ ਮਰਾਂ, ਨਾ ਰਾਤ ਮਰਾਂ, ਸੂਰਜ ਛਿਪ ਰਿਹਾ ਸੀ, ਨਾ ਦਿਨ ਸੀ ਨਾ ਰਾਤ ਸੀ, ਨਾ ਅੰਦਰ ਮਰਾਂ, ਨਾ ਬਾਦਲੀ ਜੰਮ ਚ ਫੜ ਕੇ ਸਿੱਟਿਆ, ਨਵਾਂ ਨਾਲ ਪਾੜਿਆ। ਜੈ ਜੈਕਾਰ ਕਰਨ ਬ੍ਰਹਿਮਾ, ਦੇਵਤਿਆਂ ਨੇ ਜੈ ਜੈਕਾਰ ਦੀ ਧੁਨੀ ਲਾਈ ਸਾਰੇ, ਜੈ ਜੈਕਾਰ ਹੋਈ ਭਗਤਾਂ ਦੀ, ਜੈ ਜੈਕਾਰ ਹੋਈ ਭਗਤਾਂ ਦੀ, ਜੈ ਜੈਕਾਰ ਹੋਈ, ਸਾਰੇ ਜੈ ਜੈਕਾਰ ਦੇ ਵਾਜੇ ਵੱਜੇ ਤੇ ਪ੍ਰਹਿਲਾਦ ਰਾਜਾ ਬਣ ਗਿਆ, ਹੁਣ ਗੱਦੀ ਤੇ ਬਹਿ ਗਿਆ। ਤੇ ਦਇਆ ਤੋਂ ਹੋਈ ਸੀ ਥੋੜਾ ਜਿਹਾ ਮੋੜ ਮੁੜ ਕੇ ਪ੍ਰਹਿਲਾਦ ਵਾਲੇ ਪਾਸੇ ਨੂੰ, ਰਾਮ ਰਾਮ ਜਪਣ ਲੱਗੇ। ਹਰਨਾਕਸ਼ ਦੀਆਂ ਸਾਰੀਆਂ ਉਹ ਵੀ ਫਿਰਦੇ ਸੀ, ਹਰਨਾਕਸ਼ ਦੇ ਜਿਹੜੇ ਬੰਦੇ ਸੀ ਉਹ ਪ੍ਰਹਿਲਾਦ ਨੂੰ ਪੰਡਤਾਂ ਰਾਹੀਂ, ਗੁਰੂਆਂ ਰਾਹੀਂ, ਧਰਮੀ ਪੁਰਸ਼ਾਂ ਰਾਹੀਂ ਮਤ ਦਿੰਦੇ ਆ ਵੀ ਪੁੱਤਰ ਉਹ ਇਹ ਜਿਹੜਾ ਪਿਓ ਦਾ ਬਦਲਾ ਲਵੇ, ਤੇਰੇ ਬਾਪ ਨੂੰ ਰੱਬ ਨੇ ਮਾਰਿਆ, ਤੈਨੂੰ ਭਗਵਾਨ ਤੋਂ ਬਦਲਾ ਲੈਣਾ ਚਾਹੀਦਾ।
रोज गल्ला कर करके प्रहलाद नू दी भी मत बदलती आखो सी जेड़ी किसे दैत दे अग दे नाल साड़न नाल पहाड़ तो सिटन नाल पानी च डोबन नाल मत नहीं बदली सी अज पुठी मत वाली इन्ना कुछ कर जाती सी अज प्रहलाद दी बुद्ध बिगाड़ती मैं ये सब तो माड़ी मार दसी है सब तो भैड़ी मार है ये ना किसे नु मरे किसे होर सारिया मारा दा मारिया बंदा उठ पेगा जेड़ी कुसंगत दी मार है ना ये तो बस चीर दी है वो चूल्हे वो चीरी है ना कि जान जोगा बेरी दा बूटा ते केले दा दोवे खड़े ने संग संग वो झूलदा है वो चीरदा है तो मुसीबत ही मुसीबत ये बड़ी भैड़ी संगत है सागतां दी साकता दा संग बुरा आखो सी वाहिगुरु जी नित नित चीरदा नित नित वो मत अंदर आके वड़ जांदी ए मारी मरो को संग की केले निकट जो बेर ओ झूले ए माड़ियां साडे कन्ना च कोई मंत्र ना फूक जे गुरुआं दे भी उल्ट कर दिंदे गुरुआं तो भी शंके पैदा कर देंदे मजबूर कर देंदे बस ये जड़े साढ़े फिरदे आ ना रब दे मारे होए ये पुठियां मत्ता जा लोकां नूं देंदे आ ते आप दियां रोटियां सेकदे आ आप दे न्याणे पालदे आ आपदा पेट भरदे आ कोई इन्हां च गुणी ज्ञानी संत महापुरश नहीं इन्हां ने पखंड दा रूप धारिया बस गल्ला दे मार ने कि किवें आ कुछ करना है किवें आ कुछ करना है इन्हां दा इहो जे पड़ुए दा तां कदे संग ना दर्शन ही ना गुरु साहब कहिंदे कबीर साहब कहिंदे इन्हां दी संग ना करिए दूरों भज के जाइए इन्हां तों इन्हां ने कालख तुहानूं ला ही जाणी जे आ गए तां बंसन काले परछीए तो किस लागे तां ਇਹਨਾਂ ਦੀ ਜਿਹੜੀ ਸੰਗਤ ਬਹਿੰਦੇ ਆ ਨਾ ਜਦੋਂ ਬਸ ਫਿਰ ਲੱਗਦੇ ਆ ਬੜੇ ਧਰਮਾਤਮਾ ਕਲਯੁਗ ਦਾ ਰਾਜ ਹੈ ਨਾ ਕਲਯੁਗ ਇਹਨਾਂ ਦਾ ਪੱਖ ਕਰਦਾ ਹੈ ਕਲਯੁਗ ਇਹਨਾਂ ਦੀ ਬਣਾਉਂਦਾ ਹੈ ਫਿਰ ਇਹ ਆਪਣੀਆਂ ਮਾਰਦੇ ਆ ਗਿਆਨੀ ਵੀ ਨੇ ਕਈ ਸੰਤ ਵੀ ਨੇ ਕਈ ਲੀਡਰ ਵੀ ਨੇ ਕਈ ਚੌਧਰੀ ਵੀ ਨੇ ਹੈ ਰੱਬ ਦੇ ਧੱਕੇ ਹੋਏ ਆ बंसन काले परसीए तो किश लागे दा मारी मरो कसंग की बस ए बहुत माड़ी संगत है साधता दी केला झूलदा बेरी दे पत्ते चीर दे ਸਾਗਤਾਂ ਦਾ ਸੰਗ ਹੈ ਬੁਰਾ ਕੇਲਾ ਝੂਲਦਾ ਫੇਰੀ ਦੇ ਪੱਤੇ ਚੀਰ ਦੇ ਸਾਗਤਾਂ ਦਾ ਸੰਗ ਹੈ ਬੁਰਾ ਫੇਰੀ ਦੇ ਪੱਤੇ ਚੀਰ ਦੇ ਸਾਗਤਾਂ ਦਾ ਸੰਗ ਖੇਲਾ ਝੂਲਦਾ ਫੇਰੀ ਦੇ ਬੰਦੇ ਜੀਰ ਦੇ ਸਾਗਤਾਂ ਦਾ ਸੰਗ ਹੈ ਬੁਰਾ ਖੇਲਾ ਝੂਲਦਾ ਫੇਰੀ ਦੇ ਬੰਦੇ ਜੀਰ ਦੇ ਸਾਗਤਾਂ ਦਾ ਸੰਗ ਹੈ ਬੁਰਾ ਸਾਗਤਾਂ ਦਾ ਸੰਗ
ਸੰਗ ਹੈ ਬੁਰਾ ਭਗਤਾਂ ਦਾ ਸੰਗ ਹੈ ਬੁਰਾ ਸਾਥ ਜੀ ਸਾਧਨਾ ਦਾ ਸੰਗ ਹੈ ਬੁਰਾ ਸਾਧਨਾ ਦਾ ਸੰਗ ਹੈ ਬੁਰਾ ਜਿਨ੍ਹਾਂ ਝੂਲਦਾ ਤੇਰੀ ਤੇ ਪੱਤੇ ਤੀਰ ਦੇ ਸਾਧਨਾ ਦਾ ਸੰਗ ਹੈ ਬੁਰਾ ਸਾਧਨਾ ਦਾ ਸੰਗ ਹੈ ਬੁਰਾ ਕੰਡੇ ਚੀਰ ਦੇ ਸੰਗ ਹੈ ਬੁਰਾ ਤੇਰੀ ਦੇ ਕੰਡੇ ਚੀਰ ਦੇ ਸਾਧਨਾ ਦਾ ਸੰਗ ਹੈ ਬੁਰਾ ਉਹ ਝੂਲੇ ਉਹ ਚੀਰੀ ਕੰਡਿਆਂ ਨੇ ਤਾਂ ਚੀਰ ਲਾਏ ਇਹਨਾਂ ਨੂੰ ਰੱਬ ਨੇ ਕੰਡੇ ਲਾਏ ਹੋਏ ਆ ਹੁਣ ਸਮਾਪਤੀ ਹੈ ਬਸ ਮਹਾਂਪੁਰਖਾਂ ਦੀ ਗੁਰੂਆਂ ਦੀ ਸੰਗਤ ਨਾਲ ਜੁੜ ਜਾਓ ਇੱਕ ਵੇਖਿਓ ਕਿ ਸੰਤੇ ਜਿਹਦੇ ਨਾਲ ਜੁੜੇ ਆ ਕਿਤੇ ਉਹ ਤਾਂ ਨੀ ਆਖੋ ਸੀ ਵਾਹਿਗੁਰੂ ਜੀ ਇਹਨਾਂ ਵੇਖ ਲਿਓ ਬੜਿਆ ਬੜਿਆਂ ਦੇ ਅੱਜ ਕੱਲ ਬੜਾ ਬੜਾ ਕੋਈ ਹੁੰਦਾ ਹੈ ਵੇਖ ਲਿਓ ਕਿਤੇ ਉਹ ਸੰਤ ਤਾਂ ਨੀ ਜਿਹਦੇ ਨਾਲ ਅਸੀਂ ਜੁੜੇ ਹਾਂ ਜਿਹਦੇ ਨਾਲ ਜੁੜੇ ਹਾਂ ਇਹ ਵਾਕਿਆ ਹੀ ਸੰਤ ਆਖੋ ਜੀ ਵਾਹਿਗੁਰੂ ਜੀ ਸੰਤ ਵੇਖ ਕੇ ਜੁੜਿਓ ਫਿਰ ਨਾ ਗੈਲ ਛੱਡਿਓ ਇਹ ਜ਼ਰੂਰੀ ਵੇਖਣਾ ਸੰਤਾਂ ਦੀ ਸੰਗਤ ਕਰਨੀ ਕਿਤੇ ਅੱਗੇ ਵੱਡਾ ਕਲਯੁਗੀ ਨਾ ਚੋੜਾ ਪਾ ਕੇ ਬੈਠਾ ਹੋਵੇ ਡਿਪਟੀ ਨਰਿੰਦਰ ਸਿੰਘ ਨੂੰ ਦਰਸ਼ਨ ਹੋਏ ਬੜਾ ਵੱਡਾ ਆਕਾਰ ਤੇ ਚੋੜਾ ਸੰਤਾਂ ਦਾ ਪੱਗ ਚਿੱਟੀ ਗੋਲ ਮੂੰਹ ਰਾਕਸ਼ਾ ਦੰਦ ਕੱਢੇ ਤੇ ਹੱਥ ਚ ਛੁਰੀਆਂ ਮੀਏ ਕੀ ਬਾਣਾ ਸੰਤਾਂ ਦਾ ਪਰ ਹੈ ਬੜਾ ਮਾਰ ਧਾੜ ਕਰਨ ਵਾਲਾ ਨਿਤਨੇਮ ਕਰ ਰਹੇ ਸੀ ਬਾਬਾ ਆਨੰਦ ਸਿੰਘ ਜੀ ਨੂੰ ਯਾਦ ਕੀਤਾ ਬਾਬਾ ਜੀ ਆਏ ਉਹ ਸਵਾਹ ਬਣ ਗਏ ਸਮਾਧੀ ਖੁੱਲੀ ਵੇਖਿਆ ਉਹਦੇ ਪੈਰ ਉਵੇਂ ਪੈਰ ਲੱਗੇ ਹੋਏ ਗੁਰੂ ਸਾਹਿਬ ਦੇ ਬਾਬਾ ਜੀ ਕੋਲ ਗਿਆ ਬਾਬਾ ਜੀ ਕਹਿੰਦੇ ਕਿ ਉਹ ਦੇਖਿਆ ਹੀ ਆਉਣ ਵਾਲੇ ਸਮੇਂ ਚ ਚੋਲਿਆਂ ਪਾ ਕੇ ਪੱਗਾਂ ਬੰਨ ਕੇ ਸੰਤਾਂ ਦਾ ਰੂਪ ਧਾਰ ਕੇ ਕਲਯੁਗ ਬੈਠੇਗਾ ਬਸ ਇਹ ਪਛਾਣ ਕਰਨੀ ਹੈ ਕਿ ਜਿੰਦੀ ਸੰਗਤ ਕਰ ਰਹੇ ਹਾਂ ਇਹ ਨਾਮ ਜਪਣ ਵਾਲੇ ਮਹਾਂਪੁਰਸ਼ ਹੋਣ ਗੁਰੂ ਨਾਲ ਜੋੜਨ ਵਾਲੇ ਆਪ ਜੁੜੇ ਹੋਏ ਸਾਨੂੰ ਜੋੜਨ ਉਹਨਾਂ ਦੀ ਸੰਗਤ ਕਰਨੀ ਦੂਜਿਆਂ ਦੀ ਸੰਗਤ ਤੋਂ ਕਿਨਾਰਾ ਕਰਨਾ ਹੈ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਹੁਣ ਹਰਜਸ ਲਾ ਕੇ ਹੁਕਮਨਾਮਾ ਦੀ ਸਮਾਪਤੀ ਹੈ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਪਲੀਜ਼ ਸਬਸਕ੍ਰਾਈਬ ਟੂ ਆਵਰ ਯੂਟਿਊਬ ਚੈਨਲ HHC ਪੁੱਛੋ ਸਾਹਿਬ ਟੂ ਗੈਟ ਮੋਰ ਅਪਡੇਟਸ ਐਂਡ ਨਿਊ ਵੀਡੀਓਜ਼ ਆਫ ਸੰਤ ਬਾਬਾ ਸੁਖਦੇਵ ਸਿੰਘ ਜੀ ਡੇਰਾ ਰੂਮੀ ਪੁੱਛੋ ਕਲਾ